ਅੱਜ ਸਵੇਰੇ ਬਟਾਲਾ ਦੇ ਆਲੀਵਾਲ ਰੋਡ ਤੇ ਇੱਕ ਇਲੈਕਟ੍ਰੋਨਿਕ ਦੇ ਸਮਾਨ ਦੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ ਹੈ। ਅੱਗ ਦੇ ਨਾਲ ਇਲੈਕਟ੍ਰੋਨਿਕ ਦਾ ਸਮਾਨ ਸੜ ਕੇ ਸਵਾ ਹੋ ਗਿਆ। ਉੱਥੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਕਰੀਬ 1 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਲਕ ਸੁਮੇਸ਼ ਕੁਮਾਰ ਵਾਸੀ ਬਟਾਲਾ ਨੇ ਦੱਸਿਆ ਕਿ ਉਹਨਾਂ ਦਾ ਆਲੀਵਾਲ ਰੋਡ ਤੇ ਘਰੇਲੂ ਉਪਕਰਨਾਂ ਤੇ ਇਲੈਕਟ੍ਰੋਨਿਕ ਦਾ ਸਮਾਨ ਦਾ ਇੱਕ ਗੋਦਾਮ ਹੈ। ਉਸਨੇ ਦੱਸਿਆ ਕਿ ਉਸਨੂੰ ਸਵੇਰੇ 8:45 ਇਹ ਸੂਚਨਾ ਮਿਲੀ ਸੀ ਕਿ ਉਸਦੇ ਗੋਦਾਮ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਤੇ ਜਦੋਂ ਉਸਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਤੁਰੰਤ ਹੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ। ਸੁਮੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਅੱਗ ਦੇ ਨਾਲ ਉਸਦਾ ਘੱਟ ਤੋਂ ਘੱਟ 20 ਤੋਂ 25 ਲੱਖ ਦਾ ਨੁਕਸਾਨ ਹੋ ਗਿਆ, ਜਿਸ ਦੇ ਵਿੱਚ ਏਅਰ ਕੰਡੀਸ਼ਨਰ, ਫਰਿੱਜ, ਸਟੈਬਲਾਈਜ਼ਰ, ਕੈਂਡੀਆਂ ਤੇ ਹੋਰ ਘਰੇਲੂ ਉਪਕਰਨ ਸੜ ਕੇ ਸਵਾਹ ਹੋ ਗਏ ਨੇ। ਉੱਥੇ ਫਾਇਰ ਅਫਸਰ ਓਂਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫਾਇਰ ਬ੍ਰਿਗੇਡ ਅੰਮ੍ਰਿਤਸਰ ਦੇ ਵੱਲੋਂ ਸੂਚਨਾ ਮਿਲੀ ਸੀ ਕਿ ਬਟਾਲਾ ਦੇ ਆਲੀਵਾਲ ਰੋਡ ਤੇ ਇੱਕ ਇਲੈਕਟ੍ਰੋਨਿਕ ਦੇ ਗੋਦਾਮ ਦੇ ਵਿੱਚ ਅੱਗ ਲੱਗੀ ਹੈ। ਉਸਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਪਤਾ ਨਹੀਂ ਭਾਈ ਸ਼ਾਰਟ ਸਰਕਟ ਕਰਕੇ ਹੋ ਸੀ, ਪਤਾ ਨਹੀਂ ਸਾਨੂੰ ਨਹੀਂ ਲੱਗਾ ਪਤਾ। ਚਲੋ ਆਗੇ ਟਾਈਮ ਸਿਰ ਬਚਾਅ ਹੋ ਗਿਆ ਟਾਈਮ ਦੇ ਕੇ ਇਲੈਕਟ੍ਰੋਨਿਕਸ, ਪਤਾ ਨਹੀਂ ਇਹਦੇ ਚੈੱਕ ਕਰਾਂ ਕੀ ਨੁਕਸਾਨ ਕੀ ਨਹੀਂ। ਤਕਰੀਬਨ 20-25 ਲੱਖ ਦਾ ਸਮਾਨ ਹੈ ਅੰਦਰ, ਤਾਂ 8 ਵਜੇ ਪਾ ਲੱਗੇ ਜੋ ਅੱਗ ਲੱਗੀ, ਨਾਲ ਹੀ ਪਾ ਲੱਗਿਆ ਅੱਗ ਜ਼ਿਆਦਾ ਸੀ। ਚਲੋ ਅੱਗੇ ਬਚਾ ਰਿਹਾ ਕਾਫੀ। ਓਂਕਾਰ ਸਿੰਘ, ਫਾਇਰ ਅਫਸਰ ਬਟਾਲਾ ਜੀ। ਇਹ ਸਾਨੂੰ ਅੰਮ੍ਰਿਤਸਰ ਫਾਇਰ ਬ੍ਰਿਗੇਡ ਨੇ ਕਾਲ ਦਿੱਤੀ ਹੈ ਜੀ, ਇੱਕ ਅਲੀਵਾਲ ਰੋਡ ਤੇ ਗਿੱਲ ਪੈਲਸ ਦੇ ਲਾਗੇ ਕੋਈ ਇਲੈਕਟ੍ਰੋਨਿਕ ਦਾ ਗੋਦਾਮ ਆ, ਉਹਦੇ ਵਿੱਚ ਅੱਗ ਲੱਗੀ ਹੈ ਤੇ ਤਕਰੀਬਨ ਸਾਨੂੰ 8:07 ਤੇ ਸੂਚਨਾ ਮਿਲੀ ਆ। ਮੌਕੇ ਤੇ ਅਸੀਂ 2 ਗੱਡੀਆਂ ਲੈ ਕੇ ਆਏ ਹਾਂ ਤੇ ਅੱਗ ਬੁਝਾਉਣੀ ਸਟਾਰਟ ਕੀਤੀ ਆ ਤੇ ਸਮਝ ਲਓ 4 ਗੱਡੀਆਂ ਲੱਗੀਆਂ ਜੀ ਤੇ ਅੱਗ ਇਸ ਵੇਲੇ ਪੂਰੀ ਕੰਟਰੋਲ 'ਚ ਹੈ। ਨੁਕਸਾਨ ਦਾ ਤਾਂ ਏਦਾਂ ਕੁਛ ਨਹੀਂ ਦੱਸਿਆ ਜਾ ਸਕਦਾ, ਕਿਉਂ ਇਲੈਕਟ੍ਰੋਨਿਕ ਦਾ ਸਮਾਨ ਆ ਜਿਹੜੀ ਕੀ ਕੋਸਟ ਆ ਇਹ ਮਾਲਕਾਂ ਨੂੰ ਪਤਾ ਹੋ ਸਕਦੀ ਹੈ। ਏ ਸੀ ਵੀ ਆ, ਫਰਿੱਜ ਵੀ ਆ, ਹੋਰ ਵੀ ਬਿਜਲੀ ਦਾ ਕਈ ਤਰ੍ਹਾਂ ਦਾ ਸਮਾਨ। ਹਾਂਜੀ, ਨਹੀਂ ਇਹ ਹਾਲੇ ਤੱਕ ਅਸੀਂ ਇਹ ਪੁੱਛ ਹੀ ਨਹੀਂ ਸਕੇ ਜੀ, ਅਸੀਂ ਤਾਂ ਸਿਰਫ ਅੱਗ ਬੁਝਾਉਣ 'ਚ ਲੱਗੇ ਹਾਂ। ਅਲੀਵਾਲ ਰੋਡ ਦੇ ਜੀ ਅਜੇ ਇਲੈਕਟ੍ਰੋਵਲ ਦਾ ਗੋਦਾਮ ਆ, ਉਹਨੇ ਸਾਨੂੰ ਪਤਾ ਲੱਗਾ ਹੈ ਵੀ ਅੱਗ ਲੱਗੀ ਹੈ। ਅਸੀਂ ਇੱਥੇ ਮੌਕੇ 'ਤੇ ਪਹੁੰਚੇ ਹਾਂ, ਹਰ ਬ੍ਰਿਗੇਡ ਨੂੰ ਬੁਲਾਇਆ ਵਾ, ਨੁਕਸਾਨ ਦਾ ਅੰਦਾਜ਼ਾ ਤੇ ਲਗਾਇਆ ਜਾ ਰਿਹਾ ਅਤੇ ਸ਼ਾਰਟ ਸਰਕਟ ਹੋਣ ਕਰਕੇ ਇਲੈਕਟ੍ਰੋਵਲ ਆ ਜੀ। ਇਹ ਏ ਸੀ ਨੇ, ਫਰਿੱਜਾਂ ਵਾ, ਏ ਸੀ ਆ, ਬਾਕੀ ਉਹ ਹੋਰ ਵੀ ਸਮਾਨ ਹੈਗਾ ਇਹਨਾਂ ਦਾ ਇਲੈਕਟ੍ਰੋਨਿਕ ਦਾ, 7:30 ਦੇ ਕਰੀਬ ਆ ਜੀ। ਅਲੀਵਾਲ ਰੋਡ ਹੈ ਜੀ। ਬਟਾਲਾ ਤੋਂ ਨਿਤਿਨ ਲੂਥਰਾ ਦੀ ਰਿਪੋਰਟ ਔਨ ਏਅਰ।